ਇੱਥੇ ਇੱਕ ਸਾਧਾਰਨ ਪੈਰੀਸਕੋਪ ਬਣਾਉਣ ਦਾ ਇੱਕ ਬਹੁਤ ਹੀ ਫੁਰਤੀਲਾ ਤਰੀਕਾ ਦੱਸਿਆ ਗਿਆ ਹੈ ਤੁਹਾਨੂੰ ਇੱਕ ਗੱਤੇ ਦੀ ਪੈਨਸਲ ਦੀ ਡੱਬੀ ਦੋ ਸ਼ੀਸ਼ੇ ਦੋ ਰਬੜ ਬਲਾਕ ਅਤੇ ਕੁਝ ਟੇਪ ਦੀ ਲੋੜ ਹੈ ਸਭ ਤੋਂ ਪਹਿਲਾਂ ਗੱਤੇ ਦੀਆਂ ਪੈਨਸਲਾਂ ਦੀ ਡੱਬੀ ਵਿੱਚੋਂ ਪੈਨਸਲਾਂ ਕੱਢ ਲਵੋ ਇੱਕ ਆਇਤਾਕਾਰ ਟਿਊਬ ਬਣਾਉਣ ਲਈ ਦੋਨਾਂ ਅੰਤਲੇ ਫਲਾਪ ਕੱਟ ਦਿਓ ਦੋਨਾਂ ਪਾਸਿਆਂ ਦੀ ਉੱਪਰ ਦੀ ਪਰਤ ਤੇ 4 ਸੈਂਟੀਮੀਟਰ ਦੀ ਦੂਰੀ ਤੇ ਕੱਟ ਲਗਾਓ ਹੁਣ ਦੋਨਾਂ ਕੋਨਿਆਂ ਨੂੰ 90 ਡਿਗਰੀ ਤੱਕ ਮੋੜ ਦਿਓ ਤੇ ਗੂੰਦ ਲਗਾ ਕੇ ਸੁੱਕਣ ਦਿਓ ਦਿਖਾਏ ਤਰੀਕੇ ਵਾਂਗ ਦੋਨਾਂ ਰਬੜ ਬਲੌਕ ਚਿਪਕਾ ਦਿਓ ਰਬੜ ਬਲੌਕ ਨੂੰ ਇਸ ਤਰ੍ਹਾਂ ਮੋੜੋ ਕਿ ਇਹ ਯਕੀਨੀ ਹੋ ਜਾਵੇ ਕਿ ਦੋਨੋਂ ਮੋੜ 90 ਡਿਗਰੀ ਤੇ ਹੋਣਗੇ ਹੁਣ ਦੋ ਸ਼ੀਸ਼ੇ ਦੇ ਟੁਕੜੇ ਰੱਖ ਕੇ ਵਿਖਾਏ ਤਰੀਕੇ ਵਾਂਗ 45 ਡਿਗਰੀ ਦੇ ਕੋਣ ਤੇ ਰੱਖੋ ਟੇਪ ਦੇ ਨਾਲ ਪੈਰੀਸਕੋਪ ਦਾ ਸ਼ੀਸ਼ਾ ਸੁਰੱਖਿਅਤ ਕਰੋ ਤੁਹਾਡਾ ਸਧਾਰਨ ਪੈਰੀਸਕੋਪ ਤਿਆਰ ਹੈ ਤੁਹਾਨੂੰ ਬਾਹਰ ਕੁਝ ਵੀ ਵੇਖਣ ਜਾਂ ਬਿਹਤਰ ਬਣਾਉਣ ਦਾ ਯਤਨ ਕਰਨ ਲਈ ਜਾਂ ਮੇਜ਼ ਦੇ ਹੇਠਾਂ ਬੈਠ ਕੇ ਉਸ ਦੇ ਉੱਪਰ ਪਈਆਂ ਚੀਜ਼ਾਂ ਨੂੰ ਵੇਖਣ ਦੇ ਲਈ ਇਸ ਦੀ ਵਰਤੋਂ ਦੀ ਜ਼ਰੂਰਤ ਹੋ ਸਕਦੀ ਹੈ